अरदास करें
Thank you.
अरदास करे निवला मैला मलता ए संसार अरदास करे ਬਹੁਤ ਗੂੜਾ ਰਿਸ਼ਤਾ ਹੈ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿੱਚ
ਕਲਮਾ ਲਫ਼ਜ਼ ਕਈ ਥਾਵਾਂ ਤੇ ਇਕੱਠਾ ਆਇਆ ਹੈ। ਕੱਲ ਕਹਿੰਦੇ ਨੇ ਅੱਗ ਨੂੰ, ਕਲੇਸ਼ ਨੂੰ, ਤਪਤ ਕਿਸੇ ਵੀ ਯੁਗਾਂ ਦੇ ਵੱਖ ਵੱਖ ਨਾਵਾਂ ਵਿੱਚੋਂ ਜਿਸ ਯੁੱਗ ਦਾ ਨਾਮ ਕਲ ਯੁੱਗ ਹੈ ਨਾ, ਉਹਦੇ ਨਾਲ ਕਲ ਜੁੜਿਆ ਗਿਆ, ਗੁਰਬਾਣੀ ਵਿੱਚੋਂ ਸਾਨੂੰ ਹਰ ਗੱਲ ਦਾ ਜਵਾਬ ਮਿਲਦਾ। ਵੱਖ ਵੱਖ ਨਾਮ ਨੇ ਯੁਗਾਂ ਦੇ, ਉਹਨਾਂ ਯੁਗਾਂ ਵਿੱਚ ਇੱਕ ਜਿਹੜਾ ਬਹੁਤਾ ਹੀ ਖਤਰਨਾਕ ਤੇ ਜਿਹਦੇ ਸੰਬੰਧ ਵਿੱਚ ਲੋਕ ਬਹੁਤ ਹੀ ਫਿਕਰਮੰਦ ਹੁੰਦੇ ਨੇ, ਜਦੋਂ ਕੋਈ ਮਾੜੇ ਦਿਨ ਆ ਜਾਣ, ਕੋਈ ਐਸਾ ਕਾਰਨ ਬਣ ਜਾਏ ਤੇ ਲੋਕ ਆਖਦੇ ਨੇ ਕੱਲ ਯੁੱਗ ਆ ਗਿਆ। ਇਹਦਾ ਮਤਲਬ ਯੁੱਗਾਂ ਵਿੱਚੋਂ ਬਹੁਤ ਮਾੜਾ ਯੁੱਗ ਹੈ, ਬਹੁਤ ਭੈੜਾ ਸਮਾਂ ਹੈ, ਕੱਲ ਯੁੱਗ ਆ ਗਿਆ। ਜਦੋਂ ਕੋਈ ਅਸੂਲ ਨਾ ਰਹੇ, ਜਦੋਂ ਕਿਸੇ ਦੀ ਸੁਣਵਾਈ ਨਾ ਰਹੇ, ਜਦੋਂ ਕੋਈ ਸੁਖੀ ਨਾ ਰਹੇ, ਉਦੋਂ ਲੋਕ ਕਹਿੰਦੇ ਨੇ ਕੱਲ ਯੁੱਗ ਆ ਗਿਆ। ਕੱਲ ਲਫ਼ਜ਼ ਜਿਹੜਾ ਹੈ ਜਿਸ ਯੁੱਗ ਨਾਲ ਜੋੜਿਆ ਗਿਆ, ਗੁਰੂ ਕੋਲੋਂ ਪੁੱਛੀਏ ਜੀ ਇਸ ਯੁੱਗ ਦੇ ਨਾਲ ਲਫ਼ਜ਼ ਕੱਲ ਕਿਉਂ ਜੋੜਿਆ, ਜਵਾਬ ਤਾਂ ਆਪਾਂ ਗੁਰੂ ਕੋਲੋਂ, ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲੋਂ ਆਸਾਨੀ ਨਾਲ ਸ਼ਬਦਾਵਲੀ ਵੀ ਸਮਝ ਪੈ ਜਾਂਦੀ, ਜਦੋਂ ਸਭ ਨੂੰ ਉਸ ਗੱਲ ਤੇ ਬੋਝ ਰੱਖ। ਗੁਰੂ ਕੋਲ ਪੁੱਛੋ ਜੀ ਯੁੱਗਾਂ ਦੇ ਵੱਖ ਵੱਖ ਇਹਦੇ ਨਾਂ ਨਾਲ, ਇਸ ਯੁੱਗ ਦੇ ਨਾਂ ਨਾਲ ਕੱਲ ਲਫ਼ਜ਼ ਕਿਉਂ ਜੋੜਿਆ, ਤੇ ਗੁਰੂ ਜਵਾਬ ਦੇ ਦੇਣਗੇ ਇਸੇ ਲਾਈਨ ਦੀ ਅਗਲੀ ਅੱਧੇ ਹਿੱਸੇ ਵਿੱਚ ਜਵਾਬ। ਗੁਰਬਾਣੀ ਦਾ ਕਲ ਯੁੱਗ ਰੱਥ ਅਗਨ ਕਾ, ਕੂੜ ਅੱਗੇ ਰੱਥਵਾ। ਕਲ ਜਿਹੜਾ ਹੈ ਅੱਗ ਦੀ, ਤਪਤ ਦੀ ਨਿਸ਼ਾਨੀ ਹੈ। ਕਲੇਸ਼ ਲਫ਼ਜ਼ ਵੀ ਇੱਥੋਂ ਬਣਿਆ ਹੈ, ਜਦੋਂ ਗਰਮੀ ਪੈਦਾ ਹੋ ਜਾਏ, ਟਕਰਾਓ ਹੋ ਜਾਏ, ਲੋਕ ਕਹਿੰਦੇ ਨੇ ਕਲੇਸ਼ ਪੈ ਗਿਆ ਹੈ। ਤਾਂ ਕੱਲ ਲਫ਼ਜ਼ ਹੈ ਅੱਗ ਦਾ, ਤੇ ਇੱਕ ਖਿਆਲ ਕਰਿਓ ਜਿੱਥੇ ਅੱਗ ਹੋਵੇ ਉੱਥੇ ਮਲ ਹੁੰਦੀ ਹੈ, ਜਿੱਥੇ ਕੱਲ ਹੋਵੇ ਉੱਥੇ ਮਲ ਹੁੰਦੀ ਹੈ, ਕਿਉਂਕਿ ਜਿੱਥੇ ਅੱਗ ਹੈ ਧੂੰਆਂ ਉੱਥੇ ਹੀ ਹੈ। ਮੈਲਾਂ ਵਿੱਚੋਂ ਜਿੰਨੀਆਂ ਕਿਸਮ ਦੀਆਂ ਮੈਲਾਂ ਨੇ, ਮਲ ਨੇ, ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਖਤਰਨਾਕ
ਤੇ ਸਭ ਤੋਂ ਜ਼ਿਆਦਾ ਭੈੜੀ ਮਲ ਜਿਹੜੀ ਹੈ ਉਹ ਹੈ ਕਾਲਕ। ਧੂੜ ਉੱਡਦੀ ਹੈ, ਮੈਲ ਉਂਝ ਵੀ ਲੱਗਦੀ ਹੈ, ਕੱਪੜੇ ਮੈਲੇ ਹੋ ਜਾਂਦੇ, ਮੂੰਹ ਮੈਲਾ ਹੋ ਜਾਂਦਾ, ਸ਼ਾਮ ਨੂੰ ਆਈਦਾ ਫਿਰ ਮੂੰਹ ਧੋਈਦਾ। ਮੈਲਾਂ ਦੇ ਬੜੇ ਸਰੂਪ, ਪਰ ਕਾਲਖ ਜਿਹੜੀ ਹੈ ਸਭ ਤੋਂ ਭੈੜੀ ਮਨ ਹੈ। ਇਹੋ ਕਾਰਨ ਹੈ ਜਿਹਨੂੰ ਬਹੁਤ ਹੀ ਵੱਡੀ ਸਜ਼ਾ ਦੇਣੀ ਹੋਵੇ ਉਹਦਾ ਮੂੰਹ ਕਾਲਾ ਕੀਤਾ ਜਾਵੇ। ਕਿਉਂ? ਕਿਉਂਕਿ ਕਾਲਖ ਵਿੱਚ ਦੋ ਗੱਲਾਂ ਨੇ, ਇੱਕ ਤਾਂ ਉਹ ਖੂਬਸੂਰਤੀ ਖਤਮ ਕਰਦੀ, ਇੱਕ ਪਛਾਣ ਖਤਮ ਕਰਦੀ। ਖੂਬਸੂਰਤੀ ਵੀ ਖਤਮ ਹੋ ਜਾਂਦੀ, ਪਛਾਣ ਹੋ ਜਾਂਦੀ, ਕੋਈ ਕੱਪੜਾ ਮੈਲਾ ਹੋ ਜਾ, ਕਾਲਾ ਹੋ ਜਾ, ਕਿਉਂਕਿ ਕਾਲੇ ਦੇ ਅੰਦਰ ਦੀ ਖੂਬਸੂਰਤੀ ਖਤਮ ਹੋ ਜਾਂਦੀ, ਸਾਰੀ ਚੀਜ਼ ਨੂੰ ਢੱਕ ਲੈਂਦਾ। ਮੈਂ ਇੱਕ ਵਾਰ ਕੀਤੀ ਸੀ ਰੰਗਾਂ ਦੇ ਸੰਬੰਧ ਵਿੱਚ ਕਿ ਚਿੱਟਾ ਰੰਗ ਜਿਹੜਾ ਹੈ ਉਹ ਰੰਗਾਂ ਦਾ ਆਦ ਹੈ, ਆਰੰਭ ਹੈ, ਉਹਦੇ ਉੱਤੇ ਕੋਈ ਵੀ ਰੰਗ ਚੜਾਇਆ ਜਾ ਸਕਦਾ, ਤੇ ਕਾਲਾ ਰੰਗ ਰੰਗਾਂ ਦਾ ਐਂਡ ਹੈ, ਅਖੀਰ ਹੈ, ਇਹਦੇ ਉੱਤੇ ਕੋਈ ਫਿਰ ਰੰਗ ਨਹੀਂ ਚੜ੍ਹਦਾ। ਕਾਲੇ ਰੰਗ ਉੱਤੇ ਤੁਸੀਂ ਕੋਈ ਹੋਰ ਰੰਗ ਕਰਨਾ ਚਾਹੋ ਬਿਲਕੁਲ ਨਹੀਂ ਹੁੰਦਾ। ਇਸੇ ਲਈ ਚਿੱਟਾ ਆਰੰਭ ਹੈ, ਕਾਲਾ ਅਖੀਰ ਹੈ, ਉੱਥੇ ਰੰਗ ਖਤਮ ਹੋ ਜਾਂਦਾ। ਇਸੇ ਲਈ ਮੌਤ ਦਾ ਸੋਗ ਵੀ ਮਨਾਉਂਦੇ ਨੇ ਤੇ ਕਾਲੇ ਰੰਗ ਵਿੱਚ, ਕਾਲੇ ਰੰਗ ਵਿੱਚ, ਜਿੱਥੇ ਆ ਕੇ ਉਹਦੀ ਜੀਵਨ ਦੀ ਸਾਰੀ ਖੂਬਸੂਰਤੀ ਖਤਮ ਹੋ ਜਾਏ। ਹੁਣ ਉਹ ਜਿਹੜਾ ਕਾਲਾ ਰੰਗ ਹੈ ਸਭ ਤੋਂ ਜ਼ਿਆਦਾ ਛੇਤੀ ਮਿਲਦਾ ਧੂੰਏ ਵਿੱਚ, ਤੇ ਧੂੰਆਂ ਅੱਗ ਵਿੱਚੋਂ ਪੈਦਾ ਹੁੰਦਾ। ਇੱਕ ਚੀਜ਼ ਦੂਜੀ ਵੀ ਫੋਕਸ ਕਰ, ਜਿੱਥੋਂ ਕੋਈ ਚੀਜ਼ ਆਰੰਭ ਹੁੰਦੀ ਹੈ ਨਾ ਉਹਦਾ ਆਕਾਰ ਛੋਟਾ ਹੁੰਦਾ, ਤੇ ਜਿਹੜਾ ਉਹਦਾ ਰਿਜ਼ਲਟ ਹੈ ਉਹਦਾ ਆਕਾਰ ਵੱਡਾ ਹੁੰਦਾ। ਜਿਵੇਂ ਦਰਖਤ ਦਾ ਮੁੱਢ ਛੋਟਾ ਹੈ ਪਰ ਉਹਦਾ ਫੈਲਾਓ ਬਹੁਤ ਵੱਡਾ, ਉਹਦੀ ਪਹੁੰਚ ਦੂਰ ਤੱਕ। ਇਸੇ ਤਰ੍ਹਾਂ ਅੱਗ ਚੁੱਲ੍ਹੇ ਵਿੱਚ ਬਲਦੀ, ਲੋਕ ਕਹਿੰਦੇ ਨੇ ਚੁੱਲ੍ਹੇ ਵਿੱਚ ਅੱਗ ਬਲਦੀ ਹੈ ਧੂੰਆਂ ਕੋਠੇ ਤੇ ਦਿਸਦਾ। ਸੰਸਾਰ ਦੀਆਂ ਜਿਹੜੀ ਕਹਾਵਤਾਂ ਬਣੀਆਂ ਨੇ ਉਹ ਵੀ ਅਸੀਂ ਨਾਲ ਨਾਲ ਸਮਝਣੀ, ਆਖਰ ਸਾਡੀ ਬੋਲੀ ਹੈ, ਉਸ ਬੋਲੀ ਨੂੰ ਅਸੀਂ ਨਾਲ ਨਾਲ ਸਮਝਣਾ ਬਹੁਤ ਜ਼ਰੂਰੀ। ਲੋਕ ਕਹਿੰਦੇ ਨੇ ਅੱਗ ਚੁੱਲ੍ਹੇ ਵਿੱਚ ਧੂੰਆਂ ਕੋਠੇ ਤੇ ਦੂਰ ਚਲਾ ਜਾਂਦਾ, ਪਹੁੰਚ ਦੂਰ ਹੈ, ਕਾਲਖ ਦੀ ਪਹੁੰਚ ਦੂਰ ਹੈ। ਗੁਰੂ ਨੇ ਬਾਣੀ ਅੰਦਰ ਇਹ ਗੱਲ ਕਿਉਂ ਆਖ ਦਿੱਤੀ? ਮਨ ਮੈਲੇ ਮਨ ਮੈਲੇ ਸਭ ਕੁਛ ਮੈਲਾ, ਮਨ ਤਾਂ ਮਨੁੱਖ ਦੇ ਸਰੀਰ ਦੇ ਅੰਦਰ ਅੰਦਰ ਤਨ ਦੇ ਅੰਦਰ ਮਨ, ਤਨ ਮੈਂ ਮਨੂੰ ਗੁਰਬਾਣੀ ਆਖਦੀ, ਹਰ ਗੱਲ ਦੇ ਗੁਰੂ ਕਹਿੰਦੇ ਤਨ ਮੈਂ ਮਨੂੰ
ਮਨ ਜਿਹੜਾ ਉਹ ਤੜ ਦੇ ਅੰਦਰ। ਪਰ ਗੁਰੂ ਕਹਿੰਦੇ ਨੇ ਇੱਕ ਖਿਆਲ ਕਰਿਓ, ਜਿਸ ਦਿਨ ਮਨ ਕਾਲਾ ਹੋ ਜਾਏ ਨਾ, ਉਸ ਦਿਨ ਉਹ ਦੁਨੀਆਂ ਨੂੰ ਕਾਲਾ ਕਰਨਾ ਸ਼ੁਰੂ ਕਰ ਦਿੰਦਾ ਹੈ। ਸੰਸਾਰ ਦੀ ਜਿੰਨੀ ਕਾਲਕ ਹੈ ਨਾ, ਇਹ ਉਦੋਂ ਦੀ ਪੈਦਾ ਹੋਈ, ਉਦੋਂ ਦੀ ਵੱਧ ਰਹੀ ਹੈ ਜਦੋਂ ਦੇ ਮਨ ਕਾਲੇ ਹੋਣ ਲੱਗ ਪਏ ਨੇ। ਅਸਲ ਬੁਖਾਂਤ ਹੀ ਹੋ, ਅੱਜ ਦੇ ਮਨੁੱਖ ਜਿਹੜੇ ਨੇ ਉਹਨਾਂ ਦੇ ਮਨ ਕਾਲੇ ਨੇ। ਤੇ ਗੁਰੂ ਨੇ ਰੱਖ ਦਿੱਤਾ ਮਨ ਮੈਲੇ ਸਭ ਕੁਛ ਮੈਲਾ। ਸਾਰਾ ਦੁਖਾਂਤ ਦੁਨੀਆ ਦਾ ਮਨ ਦੀ ਕਾਲਕ ਕਾਲਕ ਦੂਰ ਤੱਕ ਫੈਲਦੀ, ਜਿਵੇਂ ਧੂਆਂ ਦੂਰ ਤੱਕ ਜਾਂਦਾ। ਅੱਜ ਦੁਖਾਂਤ ਕੀ ਹੈ? ਪਰਿਵਾਰਕ ਰਿਸ਼ਤੇ ਟੁੱਟ ਗਏ ਕਿਉਂਕਿ ਪਛਾਣ ਖਤਮ ਹੋ ਗਈ ਨਾ। ਕੱਲ ਕਲੇਸ਼ ਆ ਗਿਆ, ਝਗੜੇ ਆ ਗਏ, ਅੱਗ ਪੈਦਾ ਹੋ ਗਈ। ਉਹ ਜੇ ਪਰਿਵਾਰ ਵਿੱਚ ਕਦੇ ਤੁਸੀਂ ਪੁਰਾਤਨ ਸਮਾਜ ਨਾਲ ਬਜ਼ੁਰਗਾਂ ਨੇ ਦੇਖੇ, ਉਦੋਂ ਮਕਾਨਾਂ ਵਿੱਚ ਇੰਨੇ ਬੈਡਰੂਮ ਨਹੀਂ ਸਨ ਹੁੰਦੇ। ਸਾਰੇ ਘਰ ਵਿੱਚ ਕਈ ਵਾਰ ਪਿੰਡਾਂ ਵਿੱਚ ਤਾਂ ਇੱਕ ਕੋਠਾ ਹੁੰਦਾ ਸੀ, ਵੱਡਾ ਲੰਬਾ ਚੌੜਾ। ਉਸੇ ਇੱਕੇ ਹੀ ਕੋਠੇ ਇੱਕੋ ਹੀ ਛੱਤ ਥੱਲੇ ਸਾਰਾ ਪਰਿਵਾਰ, ਭਾਵੇਂ ਪਰਿਵਾਰ ਦੇ 10 ਜੀਅ ਹੋਣ, ਉੱਥੇ ਹੀ ਮੰਜੀ ਕੋਈ ਉਸ ਕੋਨੇਡਾ ਹੀ ਬੈਠਾ ਕਿਉਂ ਸੀ। ਕਲੇਸ਼ ਨਹੀਂ ਸੀ, ਜਿਉਂ ਜਿਉਂ ਕਲੇਸ਼ ਵਧੇ ਕਾਲੇ ਵਧਿਆ, ਜਿਉਂ ਜਿਉਂ ਮਨ ਕਾਲੇ ਹੋਏ ਮਨ ਮੈਲੇ ਹੋਏ, ਤਿਉਂ ਤਿਉਂ ਪਰਿਵਾਰ ਵੰਡੇ ਗਏ। ਪਹਿਲਾਂ ਚਾਰ ਦੀ ਵਾਰੀ ਵੰਡੀ, ਮੁੜ ਕਮਰੇ ਵੰਡੇ, ਵੱਧਦਾ ਵੱਧਦਾ ਸਭ ਕੁਛ ਵੱਖਰਾ, ਪਛਾਣ ਵੀ ਖਤਮ ਹੋ ਗਈ। ਹੁਣ ਭਰਾ ਭਰਾ ਨੂੰ ਨਹੀਂ ਪਛਾਣਦਾ ਕਿਉਂਕਿ ਕਾਲਖ ਦਾ ਕੰਮ ਹੈ ਉਹ ਖੂਬਸੂਰਤੀ ਤੇ ਪਛਾਣ ਦੋਨੋਂ ਚੀਜ਼ਾਂ ਖਤਮ ਕਰਦੀ। ਉਹ ਪਛਾਣ ਪਰਿਵਾਰ ਤੋਂ ਕਾਲਖ ਬਾਹਰ ਨਿਕਲੀ, ਹੁਣ ਉਹ ਕਾਲਖ ਅਦਾਲਤਾਂ ਵਿੱਚ ਵੀ ਚਲੀ ਗਈ, ਉੱਥੋਂ ਦੇ ਫੈਸਲਿਆਂ 'ਤੇ ਭਰੋਸਾ ਨਾ ਰਿਹਾ। ਪਛਾਣ ਨਾ ਰਹਿੰਦਾ, ਭਰੋਸਾ ਉਦੋਂ ਹੀ ਨਹੀਂ ਰਹਿੰਦਾ ਜਦੋਂ ਪਛਾਣ ਨਾ ਰਹੇ। ਹੁਣ ਉਹ ਕਾਲਕ ਰਾਜਨੀਤੀ ਵੀ ਚਲੀ ਗਈ, ਉਹਦਾ ਨਾਂ ਹੀ ਸਿਆਸਤ ਬਣ ਗਿਆ, ਸਿਆ ਦੀ ਸੱਤਾ ਸ਼ਕਤੀ। ਉਹਦੇ ਵਿੱਚ ਵੀ ਕਿਸੇ ਮਨੁੱਖ ਦੀ ਪਛਾਣ ਨਹੀਂ, ਕੋਈ ਆਪਣਾ ਨਹੀਂ, ਕੋਈ ਬਗਾਨਾ ਨਹੀਂ। ਕੱਲ੍ਹ ਦਾ ਮਿੱਤਰ ਅੱਜ ਦਾ ਵੈਰੀ ਬਣ ਜਾਂਦਾ, ਕੋਈ ਪਛਾਣ ਨਾ ਨਹੀਂ। ਕਿਉਂਕਿ ਜਿੱਥੇ ਜਿੱਥੇ ਵੀ ਕਾਲ ਚਲਾ ਜਾਏਗਾ ਉੱਥੇ ਕਾਲਖ ਜਾਏਗੀ, ਕਾਲਖ ਜਾਏਗੀ ਤਾਂ ਉਹ ਪਛਾਣ ਖਤਮ ਕਰੇਗੀ। ਇੱਕ ਨਿਯਮ ਹੈ ਉਸ ਕਾਲਖ ਨੇ, ਉਸ ਮੈਲ ਨੇ ਹਰ ਥਾਂ ਤੋਂ ਪਛਾਣ ਦੀ ਖਤਮ ਕਰ ਦਿੱਤੀ। ਬਸ ਉਹ ਬੇਪਛਾਣ ਦੁਨੀਆ ਜਿਹੜੀ ਹੈ ਉਹ ਦੁੱਖਾਂ ਵਿੱਚ ਪਈ। ਅੱਜ ਦਾ ਦੁਖਾਂਤ ਇਹੋ ਹੈ ਕਿ ਦੁਨੀਆ ਬੇਪਛਾਣ ਹੋ ਗਈ ਹੈ, ਭਰੋਸਾ ਖਤਮ ਹੋ ਗਿਆ, ਵਿਸ਼ਵਾਸ ਖਤਮ ਹੋ ਗਿਆ, ਨਾ ਭਰਾ ਅਤੇ ਪਰਿਵਾਰਾਂ ਵਿੱਚ, ਨਾ ਅਦਾਲਤਾਂ 'ਤੇ,
ਨਾ ਸਿਆਸਤ ਰਾਜਨੀਤੀ ਤੇ ਨਾ ਹੀ ਧਰਮ ਤੇ, ਹਰ ਹਿੱਸੇ ਵਿੱਚ ਪਛਾਣ ਖਤਮ ਹੋ ਗਈ। ਹੁਣ ਪਛਾਣ ਵੀ ਹੋਣਾ, ਸਮਾਜ ਜਿਹੜਾ ਸੰਸਾਰ ਜਿਹੜਾ ਉਹਨੇ ਦੁਖੀ ਹੋਣਾ ਹੀ ਹੈ, ਪਛਾਣ ਵੀ ਹੋਣਾ ਹੋ ਗਿਆ, ਭਰੋਸਾ ਖਤਮ ਹੋ ਗਿਆ, ਵਿਸ਼ਵਾਸ ਖਤਮ ਹੋ ਗਿਆ। ਬੇਵਿਸ਼ਵਾਸੀ ਦੀ ਦੁਨੀਆ ਜਿੱਥੇ ਵੀ ਪੈਦਾ ਹੋ ਜਾਏਗੀ ਉੱਥੇ ਦੁੱਖਾਂ ਕੀ ਦੁੱਖਾਂ ਤੇ ਦੁਨੀਆ ਸੰਸਾਰ। ਇੱਥੇ ਲਫ਼ਜ਼ ਮੇਦਨੀ ਵਰਤਿਆ ਕਿਉਂਕਿ ਮੇਦਨੀ ਦਾ ਅਰਥ ਵੀ ਸੰਸਾਰ ਹੈ, ਦੁਨੀਆ ਜਿਹਨੂੰ ਪਾਈ ਮੇਦਨੀ ਸੋਈ ਕਰਦਾ ਸੰਸਾਰ। ਕਹਿਣ ਲੱਗੇ ਜਿਸਨੇ ਦੁਨੀਆ ਪੈਦਾ ਕੀਤੀ ਉਹੀ ਨਿਸਾਰ ਲੈਂਦਾ ਹੈ। ਸਾਨੂੰ ਦੇ ਬਾਣੀ ਵਿੱਚ ਹੋਰ ਥਾਵਾਂ ਤੇ ਲਿਆ ਕੇ ਇੱਕ ਥਾਂ ਤੇ ਨੇ ਕਹਿ ਲੱਗੇ ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਾਤ ਜਿਹਨੂੰ ਪਾਈ ਮੇਦਨੀ। ਮੇਦਨੀ ਦਾ ਅੱਖਰੀ ਅਰਥ ਹੈ ਸੰਸਾਰ, ਮੇਦਨੀ ਦਾ ਅੱਖਰੀ ਅਰਥ ਹੈ ਦੁਨੀਆ, ਕਿਉਂਕਿ ਸਬਜੈਕਟ ਆਪਣਾ ਕੁਛ ਸਮੇਂ ਤੋਂ ਲਗਾਤਾਰ ਦੁਨੀਆ ਚੱਲ ਰਿਹਾ। ਅਤੇ ਮੈਂ ਅੱਜ ਕਰਦਾ ਸਮਝਦਾ ਸਾਂ ਵੀ ਅੱਜ ਆਪਾਂ ਦੁਨੀਆ ਦਾ ਦੂਜਾ ਪੱਖ ਲਈ, ਦੁਨੀਆ ਜਿਹੜੀ ਉਹ ਕਿਉਂ ਦੁਖੀ ਹੋ ਰਹੀ ਹੈ, ਦੁਨੀਆ ਕਿਉਂ ਮਾੜੀ ਹੋ ਗਈ। ਆਪਾਂ ਜਿਹੜੇ ਪਿਛਲੇ ਚਾਰ ਹਫ਼ਤਿਆਂ ਵਿੱਚ ਵਿਚਾਰਿਆ ਕਿ ਨਾਨਕ ਦੁਨੀਆ ਕੈਸੀ ਹੋਈ, ਕਿਹੜੀ ਹੋ ਗਈ ਦੁਨੀਆ, ਕਿਉਂਕਿ ਉੱਥੇ ਵਿਸ਼ਵਾਸ ਨਹੀਂ ਰਿਹਾ। ਉੱਥੇ ਕੱਲ ਪੈਦਾ ਹੋ ਗਿਆ ਤੇ ਕੱਲ ਨੇ ਮਲ ਪੈਦਾ ਕਰਨੀ ਹੈ। ਜਿੱਥੇ ਅੱਗ ਪੈਦਾ ਹੋਣੀ ਉੱਥੇ ਧੂੰਆਂ ਪੈਦਾ ਹੋਣਾ, ਉੱਥੇ ਕਾਲਖ ਹੋਣੀ ਹੈ। ਤੁਸੀਂ ਇੱਕ ਦੀਵਾ ਜਗਾ ਕੇ ਕਿਸੇ ਆਲੇ ਵਿੱਚ ਰੱਖ ਦਿਓ, ਉੱਥੇ ਵੀ ਕਾਲਖ ਲੱਗ ਜਾਂਦੀ ਹੈ। ਕੱਲ ਦੇ ਵਿੱਚ ਮਲ ਮੌਜੂਦ ਹੈ। ਜਿਹਨਾਂ ਦਿਨਾਂ ਅੰਦਰ ਜ਼ਿਆਦਾ ਧੁੱਪਾਂ ਪੈਂਦੀਆਂ ਨੇ ਗਰਮੀਆਂ ਦੇ ਦਿਨਾਂ ਅੰਦਰ, ਉਹਨਾਂ ਦਿਨਾਂ ਅੰਦਰ ਅੰਧੇਰੀਆਂ ਚੱਲਦੀਆਂ ਨੇ, ਮਿੱਟੀ ਉੱਡਦੀ ਹੈ। ਰਾਜਸਥਾਨ ਨੂੰ ਜਾਓ, ਹਾਲਾਂਕਿ ਉੱਥੇ ਮਿੱਟੀ ਨਹੀਂ ਰੇਤ ਹੁੰਦੀ ਹੈ, ਰੇਤ ਮਿੱਟੀ ਨਾਲੋਂ ਭਾਰੀ ਹੁੰਦੇ ਨੇ ਡੈਜ਼ਰਟ, ਪਰ ਫਿਰ ਵੀ ਉੱਡਦੇ ਨੇ ਕਿਉਂਕਿ ਉੱਥੇ ਗਰਮੀ ਜ਼ਿਆਦਾ ਹੈ। ਕੱਲ ਦਾ ਅਤੇ ਮਲ ਦਾ ਆਪਸੀ ਸੰਬੰਧ ਹੈ, ਦੁਨੀਆ ਦੇ ਦੁੱਖਾਂ ਦਾ ਕਾਰਨ ਹੈ ਕਾਲ ਮਲ ਹੋਈ ਮੇਦਨੀ। ਕਲੇਸ਼ ਤੇ ਕਲੇਸ਼ ਵਿੱਚੋਂ ਪੈਦਾ ਹੋਇਆ ਬੇਪਛਾਣਗੀ, ਭਰੋਸਾ, ਬੇਵਿਸ਼ਵਾਸੀ। ਦੁਨੀਆ ਅੰਦਰ ਕਿਸੇ ਚੀਜ਼ 'ਤੇ ਵੀ ਵਿਸ਼ਵਾਸ ਨਹੀਂ, ਪਤਾ ਨਹੀਂ ਅੱਜ ਜਦੋਂ ਕੁਝ ਦੇਖਣ ਵਿੱਚ ਮਿਲਦਾ ਕੱਲ੍ਹ ਨੂੰ ਦੇਖਣ ਵਿੱਚ ਸਾਡੇ ਇਹੋ ਹੀ ਆਵੇ। ਮੈਂ ਪਰਿਵਾਰਕ ਜੀਵਨ 'ਚ ਦੇਖਣਾ ਅੱਗੇ ਨਾਲੋਂ ਡਾਇਵੋਰਸ ਅੱਜ ਕਿਉਂ ਜ਼ਿਆਦਾ ਨੇ, ਅੱਗੇ ਨਹੀਂ ਸਨ, ਇੰਨੇ ਨਹੀਂ ਸਨ ਕਿ ਅੱਗੇ ਘਰਾਂ ਵਿੱਚ ਕਦੀ ਇਖਤਲਾਫ ਨਹੀਂ ਸਨ ਹੁੰਦੇ। ਜ਼ਿੰਮੇਵਾਰੀਆਂ ਦਾ ਬੋਝ ਉਦੋਂ ਵੀ ਸੀ, ਲੇਕਿਨ ਜਿਉਂ ਜਿਉਂ ਕੱਲ ਮਨ ਵੱਧਦੀ ਜਾਏਗੀ ਤਿਉਂ ਤਿਉਂ ਦੁਨੀਆ ਅੰਦਰ ਦੁੱਖ ਪੈਦਾ ਹੁੰਦੇ ਜਾਣਗੇ, ਇੱਕ ਦੋ ਰਹਿ ਜਾਣਗੇ। ਹੁਣ ਗੁਰੂ ਨੇ ਇੱਥੇ ਸਵਾਲ ਖੜਾ ਕੀਤਾ, ਅੱਜ ਦਾ ਸ਼ਬਦ ਹੈ ਦੂਜੇ ਪਾਸੇ ਲੋਕ ਦੀ, ਕਹਿੰਦੇ ਨੇ ਜਦੋਂ ਦੁਨੀਆ ਬਹੁਤ ਦੁਖੀ ਹੋਈ ਕੱਲ ਤੇ ਮਲ ਨਾਲ, ਅੱਗ ਤੇ ਧੂੰਏ ਨਾਲ, ਤੇ ਉਸ ਮੇਦਨੀ ਨੇ ਜਿਹਨੇ ਪੈਦਾ ਕੀਤਾ ਸੀ ਉਹਦੇ ਅੱਗੇ ਅਰਦਾਸ ਕੀਤੀ, ਉਹਦੇ ਅੱਗੇ ਅਰਦਾਸ ਕੀਤੀ, ਇਹ ਮਾਲਕ ਇਹ ਦੁਨੀਆ ਕਿਸੇ ਹੋਰ ਨੇ ਥੋੜ੍ਹਾ ਬਣਾਈ ਹੈ, ਤੁਸੀਂ ਤੇ ਬਣਾਉਣ ਵਾਲਾ। ਮੈਂ ਤਾਂ ਕੀਤੀ ਸੀ ਦੁਨੀਆ ਤੋਂ ਨਫ਼ਰਤ ਤਾਂ ਹੋਵੇ
ਜੇ ਦੁਨੀਆਂ ਕਿਸੇ ਹੋਰ ਨੇ ਬਣਾਏ, ਰੱਬ ਪ੍ਰਸ਼ਤ ਮਨੁੱਖ ਜਿਹੜਾ ਹੈ ਉਹ ਦੁਨੀਆਂ ਤੋਂ ਨਫ਼ਰਤ ਨਹੀਂ ਕਰ ਸਕਦਾ। ਹਾਂ, ਉਹਦੀ ਅੱਗ ਬੁਝਾਉਣ ਲਈ ਤਿਆਰ ਹੋਏਗਾ। ਇੱਕ ਵਾਰ ਐਗਜ਼ਾਮਪਲ ਕਿਸੀ ਗੁਰੂ ਨਾਨਕ ਪਾਤਸ਼ਾਹ ਜੀ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਦੁਨੀਆਂ ਵੇਖੀ, ਉੱਥੇ ਕਲਮਾ ਲੈ ਬਾਬਾ ਦੇਖੇ ਕਿ ਅਹੰਤਾ ਜਲਤੀ ਸਭ ਪ੍ਰਿਥਵੀ ਦਿਸਾਈ, ਬਾਜੋ ਗੁਰੂ ਗੁਬਾਰ ਹੈ ਹੈ ਕਰਦੀ ਸੁਣੀ ਲੁਪਾਈ। ਬਾਬੇ ਨੇ ਅੱਗ ਵੀ ਦੇਖਿਆ ਤੇ ਗੁਬਾਰ ਮਲ ਵੀ ਦੇਖੀ, ਦੇਸ਼ ਵੀ ਦੇਖਿਆ ਤੇ ਬਾਬਾ ਤੁਰ ਪਿਆ ਇਹ ਅੱਗ ਬੁਝਾਉਣ ਲਈ। ਤੇ ਮੈਂ ਇੱਕ ਐਗਜ਼ਾਮਪਲ ਦਿੱਤੀ ਸੀ, ਅੱਗ ਬੁਝਾਉਣ ਵਾਲਾ ਫਾਇਰ ਬ੍ਰਿਗੇਡ ਜਾਂਦਾ ਹੋਵੇ ਉਹਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਹੁੰਦੀ, ਉਹਨੂੰ ਕੋਈ ਜ਼ਰੂਰੀ ਨਹੀਂ ਕਿ ਰੈੱਡ ਲਾਈਟ ਆ ਜਾਂਦੀ ਉਹ ਵੀ ਰੁਕੇ, ਉਹਦੇ ਲਈ ਰਾਹ ਖਾਲੀ ਕਰਨੇ ਪੈਂਦੇ। ਅਤੇ ਮੈਂ ਆਖਿਆ ਗੁਰੂ ਨਾਨਕ ਕੋਲ ਪਰਿਵਾਰ ਵੀ ਸੀ, ਗੁਰੂ ਨਾਨਕ ਕੋਲ ਕਾਰੋਬਾਰ ਵੀ ਸੀ, ਸ੍ਰੀ ਚੰਦ ਲਖਮੀ ਦਾਸ ਵੀ ਸਨ, ਦੁਨੀਆਂ ਛੱਡੀ ਵੀ ਨਹੀਂ ਸੀ, ਪਰ ਉਹ ਦੁਨੀਆਂ ਬਾਬੇ ਦੇ ਰਾਹ ਵਿੱਚ ਰੁਕਾਵਟ ਨਹੀਂ ਬਣ ਸਕੀ ਕਿਉਂਕਿ ਬਾਬਾ ਕੋਈ ਅੱਗ ਬੁਝਾਉਣ ਤੋਂ ਗਿਆ, ਉਹਨੂੰ ਪਤਾ ਹੈ ਦੁਨੀਆਂ ਦੀ ਅੱਗ ਕਿਵੇਂ ਬੁਝਦੀ ਹੈ। ਅਤੇ ਜਿਹੜਾ ਅੱਗ ਬੁਝਾਉਣ ਤੁਰੇ ਉਹਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ। ਹੁਣ ਇੱਥੇ ਵੀ ਸਤਿਗੁਰੂ ਨੇ ਇੱਕ ਖਿਆਲ ਦਿੱਤਾ, ਕਹਿੰਦੇ ਨੇ ਅੱਗ ਤੋਂ ਪੈਦਾ ਹੋਈ ਹੋਈ ਕਾਲਖ ਤੋਂ ਆਵਾਜ਼ਾਰ ਹੋ ਗਈ, ਪਰੇਸ਼ਾਨ ਹੋ ਗਈ, ਹਰ ਪਾਸੇ ਦੁੱਖ ਨਫ਼ਰਤ ਕਲੇਸ਼ ਝਗੜੇ ਪੈਦਾ ਹੋ ਗਏ। ਉਹਨੇ ਅਰਦਾਸ ਕੀਤੀ, ਹੇ ਮਾਲਕ ਮੈਨੂੰ ਕਿਸੇ ਦੁਨੀਆਂ ਦੇ ਮਨੁੱਖ ਨੇ ਪੈਦਾ ਥੋੜ੍ਹੋ ਕੀਤਾ, ਤੂੰ ਬਣਾਉਣ ਵਾਲਾ। ਰੱਬ ਪ੍ਰਸਤ ਲੋਕ ਕਦੀ ਦੁਨੀਆਂ ਤੋਂ ਨਫ਼ਰਤ ਨਹੀਂ ਕਰਦੇ, ਉਹ ਦੁਨੀਆਂ ਨੂੰ ਸੁਧਾਰਦੇ ਨੇ। ਸਿੱਧਾਂ ਵਿੱਚ ਤੇ ਗੁਰੂ ਨਾਨਕ ਵਿੱਚ ਇਹੋ ਅੰਤਰ ਸੀ, ਸਿੱਧਾਂ ਨੇ ਦੁਨੀਆਂ ਦੇ ਦੁੱਖ ਵੇਖੇ ਨਫ਼ਰਤ ਕਰਕੇ ਜੰਗਲਾਂ ਨੂੰ ਚਲੇ ਗਿਆ ਸੀ, ਅਸੀਂ ਦੁਨੀਆਂ ਕੋਲੋਂ ਕੀ ਲੈਣਾ, ਉਹ ਜੰਗਲਾਂ ਨੂੰ ਚਲੇ ਗਿਆ। ਤੇ ਬਾਬੇ ਨੇ ਵੀ ਅੱਗ ਲੱਗੀ ਦੇਖੀ, ਜਲਦੀ ਸਭ ਪ੍ਰਿਥਵੀ ਦੇ ਸਾਈ, ਉਹ ਜੰਗਲਾਂ ਨੂੰ ਨਹੀਂ ਗਿਆ, ਬਲਕਿ ਉਹਨੇ ਅਰਦਾਸ ਵੀ ਕੀਤੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾ, ਤੇ ਆਪ ਵੀ ਫਾਇਰ ਬ੍ਰਿਗੇਡ ਵੱਲੋਂ ਅੱਗ ਬੁਝਾਉਣ ਤੁਰ ਪਿਆ। ਇਹ ਦੋਹਾਂ ਵਿੱਚ ਸੋਚਣ ਵਿੱਚ ਅੰਤਰ ਸੀ ਨਾ, ਉਸੇ ਦੁਨੀਆਂ ਵਿੱਚ ਸਿੱਧ ਪੈਦਾ ਹੋਏ, ਉਸੇ ਦੁਨੀਆਂ ਵਿੱਚ ਗੁਰੂ ਨਾਨਕ ਪੈਦਾ ਹੋਏ, ਗੁਰੂ ਨਾਨਕ ਦੀ ਸੋਚ ਉਹਦੀ ਵਿਚਾਰ ਤੇ ਸਿੱਧਾਂ ਦੀ ਵਿਚਾਰ ਵਿੱਚ ਅੰਤਰ ਇਹ ਹੈ, ਉਹ ਦੁਨੀਆਂ ਤੋਂ ਦੁਖੀ ਹੋ ਕੇ ਦੁਨੀਆਂ ਨੂੰ ਛੱਡਦੇ ਨੇ ਤੇ ਗੁਰੂ ਨਾਨਕ ਦੁਨੀਆਂ ਦੇ ਦੁੱਖ ਵੇਖ ਕੇ ਉਹਨੂੰ ਸੁਧਾਰਦਾ ਹੈ। ਆ ਅੰਤਰ, ਇਸ ਲਈ ਰੱਬ ਪ੍ਰਸਤ ਜਿੰਨੇ ਲੋਕ ਨੇ ਉਹ ਕਦੀ ਦੁਨੀਆਂ ਤੋਂ ਨਫ਼ਰਤ ਨਹੀਂ ਕਰਦੇ, ਮੈਂ ਤਾਂ ਦੂਜਾ ਪੱਖ ਲੈਣਾ ਚਾਹੁੰਦਾ ਸੀ, ਦੁਨੀਆਂ ਤੋਂ ਨਫ਼ਰਤ ਨਹੀਂ ਕਰਦੇ, ਉਹ ਦੁਨੀਆਂ ਦਾ ਸੁਧਾਰ ਕਰਦੇ। ਹੁਣ ਇੱਥੇ ਵੀ ਇਹ ਅਰਦਾਸ ਹੈ, ਅਰਦਾਸ ਕੀਤੀ
ਆਖਿਆ ਕਿ ਤੇਰੇ ਪੈਦਾ ਕੀਤੇ ਹੋਏ ਨੇ ਚੀਜ਼ ਇਸ ਸੰਸਾਰ ਦੇ ਲੋਕ ਜਿਹੜੇ ਦੁਖੀ ਹੋ ਰਹੇ ਨੇ ਨਾ ਉਹਨਾਂ ਨੂੰ ਧਰਮ ਵਿਸ਼ਵਾਸ ਰਿਹਾ ਹੈ, ਨਾ ਉਹਨਾਂ ਨੂੰ ਰਾਜਨੀਤੀ 'ਤੇ ਵਿਸ਼ਵਾਸ ਰਿਹਾ ਹੈ, ਨਾ ਉਹਨਾਂ ਨੂੰ ਪਰਿਵਾਰ ਵਿੱਚ ਕੋਈ ਵਿਸ਼ਵਾਸ ਨਾਲ ਸੁਖੀ ਜੀਵਨ ਮਿਲ ਰਿਹਾ ਹੈ। ਆਖਰੇ ਜੀ ਤੇ ਕਿੰਨੇ ਪੈਦਾ ਕੀਤੇ ਹੋਏ ਜੇ ਤੇਰੇ ਨੇ, ਤੂੰ ਪੈਦਾ ਕੀਤੇ, ਤੈਨੂੰ ਤਰਸ ਨਹੀਂ ਆਉਂਦਾ? ਕਹਿੰਦੇ ਨੇ ਜਦੋਂ ਮਨੋ ਇਹ ਅਰਦਾਸ ਹੋਈ ਸੱਚੇ ਸੁਣਿਆ ਕੰਨ ਦੇ। ਅਗਲੀ ਲਾਈਨ, ਸੱਚੇ ਮਾਲਕ ਨੇ ਜਿਹਨੇ ਮੇਦਨੀ ਦੁਨੀਆ ਸੰਸਾਰ ਪੈਦਾ ਕੀਤਾ ਸੀ ਉਹਨੇ ਅਰਦਾਸ ਕੰਨ ਦੇ ਕੇ ਸੁਣ ਲਈ। ਸੱਚੇ ਸੁਣਿਆ ਕੰਨ ਦੇ ਤੇ ਮੇਦਨੀ ਨੂੰ ਦੁਨੀਆ ਨੂੰ ਧੀਰਕ ਦੇਵੇ ਭਾਵ ਧੀਰਜ ਦਿੱਤਾ, ਵਿਸ਼ਵਾਸ ਦਿੱਤਾ ਕਿ ਫਿਕਰ ਨਾ ਕਰ, ਮੈਂ ਤੇਰੇ ਇਸ ਅੱਗ ਨੂੰ ਬੁਝਾਉਣ ਦਾ ਤੇ ਕਾਲਖ ਨੂੰ ਧੋਣ ਦਾ ਸਾਧਨ ਪੈਦਾ ਕਰਨਾ, ਕੋਈ ਇੰਤਜ਼ਾਮ ਕਰਨਾ। ਸੱਚੇ ਸੁਣਿਆ ਕੰਨ ਦੇ ਤੀਰਕ ਦੇਵੇ, ਤੀਰਕ ਦੇਵੇ ਸਹਿਜ ਸੁਭਾਅ, ਧੀਰਜ ਦਿੱਤਾ ਤੇ ਕੀਤਾ ਕੀ ਬਦਲਾਂ ਦਾ ਬਾਦਸ਼ਾਹ ਦਾ ਦੇਵਤਾ ਇੰਦਰ ਨੂੰ ਮਿਲਦੇ ਹਨ। ਗੁਰਮੁਖ ਵਿੱਚ ਗੁਰੂ ਨੂੰ ਇੰਦਰ ਆਖਿਆ ਗਿਆ, ਰੱਬ ਦਾ ਭੇਜਿਆ ਹੋਇਆ ਗੁਰੂ ਸੰਸਾਰ ਦੀ ਸਾਰ ਲੈਣ ਲਈ ਆਉਂਦਾ। ਮਾਨੋ ਸੱਚੇ ਨੇ ਗੁਰੂ ਨੂੰ ਹੁਕਮ ਕੀਤਾ, ਜਾ ਤੂੰ ਸੰਸਾਰ ਦੀ ਅੱਗ ਬੁਝਾ। ਕਹਿਣ ਲੱਗੇ ਸੰਸਾਰ ਤੇ ਆਇਆ ਤੇ ਵੁੱਠਾ ਸ਼ਬਰ ਲਾਏ, ਝੜੀ ਜਿਵੇਂ ਲੱਗ ਜਾਂਦੀ ਹੈ ਨਾ ਤੇ ਲਗਾਤਾਰ, ਕਿਉਂਕਿ ਇੱਕ ਦੋ ਚਾਰ ਦਸ ਮਿੰਟ ਬੂੰਦਾਂ ਪੈਣ ਤੇ ਉਹ ਧਰਤੀ 'ਚ ਸਿਮਜ ਜਾਂਦੀ ਹੈ, ਜਲ ਥਲ ਨਹੀਂ ਹੁੰਦੀ, ਕਈ ਵਾਰ ਉੱਪਰ ਉੱਪਰ ਹੀ ਰਹਿ ਜਾਂਦੀ ਹੈ। ਪਰ ਜਦੋਂ ਲੰਬੀ ਝੜੀ ਲੱਗਦੀ ਹੈ ਤੇ ਸਲੋ ਝੜੀ ਲੱਗਦੀ ਹੈ, ਲਗਾਤਾਰ ਝੜੀ ਝੜੀ ਲੱਗਦੀ ਹੈ, ਉਹ ਧਰਤੀ ਦਾ ਸਾਰਾ ਉਹ ਗਰਮ ਤੱਤ, ਧਰਤੀ ਦੀ ਸਤਾ ਤੇ ਜਿਹੜੀ ਗਰਮੀ ਫੈਲਦੀ ਹੁੰਦੀ ਹੈ, ਬਲਕਿ ਤੁਸੀਂ ਕਈ ਵਾਰ ਦੇਖਿਓ ਜਦੋਂ ਗਰਮੀਆਂ ਤੋਂ ਬਾਅਦ ਬਾਰਿਸ਼ ਪਵੇ, ਛੋਟੀ ਮੋਟੀ ਪਹਿਲੀ ਬਾਰਿਸ਼ ਤਾਂ ਕਈ ਵਾਰੀ ਜ਼ਿਆਦਾ ਗਰਮੀ ਵਧਾ ਦਿੰਦੀ, ਕਿਉਂਕਿ ਅੰਦਰਲੀ ਪੜਾਸ ਨਿਕਲਦੀ ਹੈ। ਤੇ ਜਦੋਂ ਲਗਾਤਾਰ ਕੁਝ ਸਮਾਂ ਬਾਰਿਸ਼ ਪੈਂਦੀ ਰਹਿੰਦੀ ਹੈ ਤੇ ਅਸੀਂ ਆਖਦੇ ਹਾਂ ਹੁਣ ਧਰਤੀ ਦੀ ਗਰਮੀ ਖਤਮ ਹੋ ਜਾਏਗੀ। ਹੁਣ ਇੱਥੇ ਲਫ਼ਜ਼ ਨੇ ਇੰਦਰ ਨੂੰ ਫਰਮਾਇਆ
ਉੱਠਾ ਛੇ ਬਰ ਲਾਏ ਲਗਾਤਾਰ ਝੜੀ ਵਾਂਗੂ 500-700 ਸਾਲ ਤੋਂ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਲਗਾਤਾਰ ਅੰਮ੍ਰਿਤ ਜਲ ਵਰਸ ਰਿਹਾ। ਆਪਾਂ ਰੋਜ਼ ਪੜ੍ਹ ਰਹੇ ਹਾਂ ਹਰ ਅੰਮ੍ਰਿਤ ਬੂੰਦ ਸੁਹਾਵਣੀ ਪਛਾਣ ਖਤਮ ਹੁੰਦੀ। ਪਾਣੀ ਉਸਦੇ ਉਲਟ ਹੈ ਜਿਹੜਾ ਇੰਦਰੇ ਫੁੱਟ ਨੂੰ ਫਰਮਾਇਆ। ਪਾਣੀ ਦੋਨੋਂ ਕੰਮ ਕਰਦਾ, ਅੱਗ ਬੁਝਾਉਂਦਾ ਤੇ ਮਹਿਲ ਧੋਂਦਾ। ਇਹ ਦੋਨੋਂ ਚੀਜ਼ਾਂ ਕੱਲ ਤੇ ਬਲ ਸਨ। ਉਹਨਾਂ ਦਾ ਇਲਾਜ ਗੁਰੂ ਦੇ ਨਾਲ ਹੀ ਦੱਸ ਦਿੰਦਾ ਕਿਲ ਕੇ ਕੱਲ ਤੇ ਮਲ ਦੋਹਾਂ ਦਾ ਇਲਾਜ ਕੀ ਸੀ ਕਿ ਮੀਂਹ ਉੱਠਾ ਪੁੱਠਾ ਸ਼ੈਬਰ ਲਾਏ। ਹੋਇਆ ਕਿ ਉਸ ਸ਼ੈਬਰ ਵਾਲੇ ਮੀਂਹ ਬੁੱਠਣ ਨਾਲ ਹੋਇਆ ਕਿ ਅੱਗ ਵੀ ਬੁੱਝ ਗਈ, ਕਾਲਖ ਵੀ ਧੋਪ ਗਈ। ਕੋਈ ਜ਼ਰੂਰਤ ਹੈ ਨਾ ਜੇ ਅਸੀਂ ਅੱਜ ਦੇ ਸੰਸਾਰ ਤੋਂ ਨਫ਼ਰਤ ਕਰਾਂਗੇ ਫਿਰ ਤਾਂ ਸਿੱਧਾ ਵਾਲੀ ਬਿਰਤੀ ਹੋ ਗਈ। ਤੇ ਜੇ ਅਸੀਂ ਅੱਜ ਦੀ ਦੁਨੀਆਂ ਵਿੱਚ ਰਹਿਣਾ ਪਸੰਦ ਕਰਾਂਗੇ ਆਖਿਰ ਦੁਨੀਆਂ ਛੱਡ ਤੇ ਸਕਦੇ ਨੇ? ਕਹਿਣਾ ਬੜਾ ਆਸਾਨ ਹੈ ਮੈਂ ਇਸ ਦੁਨੀਆਂ ਵਿੱਚ ਰਹਿਣਾ ਨਹੀਂ ਚਾਹੁੰਦਾ, ਪਰ ਦੁਨੀਆਂ ਛੱਡਣ ਲਈ ਕੋਈ ਤਿਆਰ ਨਹੀਂ ਹੁੰਦਾ। ਦੁਖੀ ਹੋ ਹੀ ਜਾਏਗਾ, ਕਲੇਸ਼ ਹੋਣਗੇ, ਪਰੇਸ਼ਾਨ ਹੋਏਗਾ, ਅਦਾਲਤਾਂ ਦੀ ਬੇਇਨਸਾਫੀ ਦੇ ਸਾਹਮਣੇ ਝੁਕੇਗਾ, ਰੋਏਗਾ, ਪਰ ਦੁਨੀਆਂ ਛੱਡਣ ਲਈ ਤਿਆਰ ਨਹੀਂ ਹੋਏਗਾ। ਭਲਿਆ ਜੇ ਦੁਨੀਆਂ ਛੱਡਣ ਲਈ ਤੂੰ ਤਿਆਰ ਨਹੀਂ, ਇਹ ਇਸੇ ਦੁਨੀਆਂ ਵਿੱਚ ਰਹਿਣਾ ਪਸੰਦ ਕਰਨਾ ਹੈ, ਰਹਿਣਾ ਵੀ ਹੈ ਤੇ ਫਿਰ ਚੰਗੀ ਗੱਲ ਹੈ, ਦੁਨੀਆਂ ਸਵਾਦ ਲੈ। ਸਾਡਾ ਤਾਂ ਫਰਕ ਕੀ ਹੈ, ਅਸੀਂ ਦੁਖੀ ਹੋ ਰਹੇ ਹਾਂ ਪਰ ਦੁਨੀਆਂ ਨੂੰ ਸਵਾਰਨ ਦਾ ਕੋਈ ਉਪਰਾਲਾ ਸਾਡੇ ਕੋਲ ਨਹੀਂ। ਹੁਣ ਦੁਨੀਆਂ ਨੂੰ ਸਵਾਰਨ ਦਾ ਉਪਰਾਲਾ ਕੀ ਹੈ? ਜਿਸ ਮਨ ਨੇ ਦੁਨੀਆਂ ਕਾਲੀ ਕੀਤੀ ਹੈ, ਮਨ ਤਾਂ ਸਾਡੇ ਕੋਲ ਹੈ, ਮਨ ਤਾਂ ਸਾਡੇ ਕੋਲ ਹੈ। ਤੇ ਇੱਕ ਖਿਆਲ ਕਰਿਓ, ਜੇ ਹਰ ਕੋਈ ਆਪਣਾ ਮਨ ਕਾਲਖ ਰਹਿਤ ਕਰ ਲਵੇ, ਮੈਲਾ ਨਾ ਰਹਿਣ ਦੇਵੇ, ਦੁਨੀਆਂ ਬਦਲ ਜਾ। ਲਓ ਇਹ ਦੁਨੀਆਂ ਬਦਲੀ ਜਾ ਸਕਦੀ,
ਲੋਕ ਕਹਿੰਦੇ ਨੇ ਜਿਸ ਥਾਂ ਤੇ ਰਹਿਣਾ ਹੈ ਉਸ ਰਾਹ ਉਸ ਥਾਂ ਦਾ ਟਿਕਾਣੇ ਦਾ ਸੋਧਣਾ ਸਾਫ਼ ਕਰਨਾ ਤੇ ਸਾਡੀ ਜ਼ਿੰਮੇਵਾਰੀ ਹੈ। ਜਿਸ ਘਰ ਵਿੱਚ ਰਹਿਣਾ ਹੋਵੇ ਅਸੀਂ ਸਵੇਰ ਉੱਠ ਕੇ ਰੋਜ਼ ਸਫਾਈ ਕਰਨੀ ਕਿਉਂ ਰਹਿਣਾ, ਤੇ ਦੁਨੀਆ ਵੀ ਇੱਕ ਘਰ ਹੈ, ਜਿਸ ਦੁਨੀਆ ਵਿੱਚ ਰਹਿਣਾ ਉਸਦੀ ਸਫਾਈ ਦੀ ਸਾਡੀ ਜ਼ਿੰਮੇਵਾਰੀ ਹੈ। ਉਹ ਨਹੀਂ ਸੀ ਕਰ ਰਹੇ, ਦੁਨੀਆ ਮਾੜੀ ਹੋ ਰਹੀ, ਦੁਨੀਆ ਮਹਿਰੀ ਹੋ ਰਹੀ, ਦੁਨੀਆ ਕਲਮਾ ਹੋ ਰਹੀ, ਤੇ ਅਸੀਂ ਉਸ ਦੁਨੀਆ 'ਚ ਰਹਿ ਕੇ ਦੁੱਖ ਵੀ ਹੋ ਰਹੇ ਹਾਂ ਪਰ ਸਫਾਈ ਵੀ ਸੋਚਦੇ ਨੇ। ਗੁਰੂ ਨੇ ਬਾਣੀ ਨੂੰ ਫੈਸਲਾ ਦਿੱਤਾ, ਕਹਿਣ ਲੱਗੇ ਗੁਰੂ ਇੱਕ ਉਹ ਇੰਦਰ ਦੇਵਤਾ ਹੈ, ਉਹ ਬਾਰਿਸ਼ ਹੈ, ਉਹ ਬੱਦਲ ਹੈ ਜਿਹੜਾ ਸੰਸਾਰ ਅੰਦਰ ਆ ਕੇ ਅੱਗ ਬੁਝਾਉਂਦਾ ਵੀ ਹੈ ਤੇ ਕਾਲਖ ਧੋਂਦਾ ਵੀ ਹੈ। ਕਿਉਂ ਆਪਾਂ ਗੁਰਬਾਣੀ ਅੰਦਰ ਪੜ੍ਹ ਰਹੇ ਹਾਂ, ਕਹਿੰਦੇ ਗੁਰ ਦਰਿਆ ਸਦਾ ਜਲ ਨਿਰਮਲ, ਗੁਰ ਦਰਿਆ ਸਦਾ ਜਲ ਨਿਰਮਲ, ਮਿਲੇ ਹਾਂ ਦੁਰਮਤ ਮੈਲ ਹੈ, ਮੈਲ ਵੀ ਦੂਰ ਹੋ ਜਾਏਗੀ ਤੇ ਅੱਗ ਵੀ ਬੁਝ ਜਾਏਗੀ। ਕਹਿਣ ਲੱਗੇ ਜਿੱਥੇ ਅੱਗ ਬਲਦੀ ਹੋਵੇ ਨਾ ਇੰਨੀ ਗਰਮੀ ਹੋਵੇ ਉੱਥੇ ਤੇ ਅਨਾਜ ਵੀ ਨਹੀਂ ਪੈਦਾ ਹੁੰਦਾ, ਉਹਨੂੰ ਵੀ ਪਾਣੀ ਦੀ ਲੋੜ ਹੁੰਦੀ ਹੈ। ਪਾਣੀ ਨਾ ਹੋਵੇ ਹਨੇਰਾ ਸੂਰਜ ਹੋਵੇ, ਮੇਰੀ ਸੂਰਜ ਦੀ ਤਪਤ ਹੋਵੇ, ਉੱਥੇ ਅਨਾਜ ਨਹੀਂ ਪੈਦਾ ਹੁੰਦਾ। ਫਸਲ ਨੂੰ ਪੈਦਾ ਹੋਣ ਲਈ ਵੀ ਪਾਣੀ ਦੀ ਲੋੜ। ਕਹਿਣ ਲੱਗੇ ਜਦੋਂ ਕੇਵਲ ਕਲੇਸ਼ ਸਨ, ਜਦੋਂ ਕੇਵਲ ਕਲਮਲ ਸੀ, ਉਦੋਂ ਚੰਗੇ ਗੁਣਾਂ ਦੀ ਖੁਰਾਕ ਵੀ ਨਹੀਂ ਪੈਦਾ ਹੋ ਰਹੀ ਸੀ। ਅੱਜ ਤਾਂ ਗੁਰਦੁਆਰਿਆਂ ਵਿੱਚ ਜਾਓ ਉੱਥੇ ਵੀ ਗੁਣਾਂ ਦੀ ਖੁਰਾਕ ਕੋਈ ਨਹੀਂ। ਮਨੁੱਖ ਦੀ ਆਤਮਾ ਜਿਹੜੀ ਹੈ ਉਹ ਭੁੱਖੀ ਮਰ ਰਹੀ ਹੈ, ਕਿਉਂਕਿ ਉਹਦੇ ਮਤਲਬ ਦਾ ਖਾਣਾ ਪੈਦਾ ਹੀ ਨਹੀਂ ਹੋ ਰਿਹਾ। ਉਹ ਪੈਦਾ ਹੋਣਾ ਹੈ ਉਸ ਜਲ ਨਾਲ, ਤੇ ਇਸੇ ਲਈ ਸਤਿਗੁਰ ਨੇ ਬਾਣੀ ਵਿੱਚ ਆਖ ਦਿੱਤਾ। ਕਹਿਣ ਲੱਗੇ ਮੇਰਾ ਜਦੋਂ ਇੰਦਰ ਆਇਆ ਉਹਨੇ ਅੱਗ ਹੀ ਨਹੀਂ ਬੁਝਾਈ, ਜਦੋਂ ਝੜੀ ਲੱਗੀ, ਬਾਰਿਸ਼ ਪਈ, ਪਾਣੀ ਆਇਆ, ਉਹਨੇ ਮੈਲ ਹੀ ਨਹੀਂ ਧੋਤੀ, ਬਲਕਿ ਅੰਨ ਧਨ ਉਪਜੇ ਬਹੁਤ ਪੈਣਾ, ਬਹੁਤ ਪੈਣਾ ਜ਼ਿਆਦਾ ਅੰਨ ਤੇ ਧਨ ਜਿਹਦੇ ਕੋਲ, ਜਿਹਦੇ ਕਿਸਾਨ ਦੇ ਘਰ ਅੰਨ ਹੈ ਉਹਦੇ ਘਰ ਹੀ ਧਨ ਹੈ, ਜਿੱਥੇ ਅੰਨ ਨਹੀਂ ਉੱਥੇ ਧਨ ਕਿੱਥੇ। ਕਹਿਣ ਲੱਗੇ ਅੰਨ ਧਨ ਉਪਜੇ ਬਹੁ ਘਣਾ, ਕੀਮਤ ਕਹਿਣ ਨਾ ਜਾਏ। ਜਦੋਂ ਬਾਰਿਸ਼ ਪਈ ਸ਼ਬਦ ਦੀ, ਉਦੋਂ ਗੁਣਾਂ ਦਾ ਅੰਨ ਵੀ ਪੈਦਾ ਹੋ ਗਿਆ, ਗੁਣਾਂ ਦੀ ਫਸਲ ਵੀ ਪੈਦਾ ਹੋ ਗਈ, ਤੇ ਖਾਣ ਵਾਲੇ ਜੀਵ ਜੰਤ ਨੂੰ ਇੰਨਾ ਸੁੱਖ ਦਾ ਖੁਰਾਕ ਮਿਲੀ, ਭੋਜਨ ਮਿਲਿਆ ਕਿ ਹੁਣ ਉਹਦੇ ਇਸੇ ਦੁਨੀਆਂ ਵਿੱਚ ਰਹਿੰਦੇ ਹਾਂ ਜਿਸ ਦੁਨੀਆਂ ਵਿੱਚ ਉਹ ਦੁਖੀ ਹੋ ਰਿਹਾ ਸੀ ਉਸੇ ਵਿੱਚ ਸੁੱਖ ਪੈਦਾ ਹੋ ਗਿਆ। ਕਹਿਣ ਲੱਗੇ ਸੁਖ ਉਪਜੈ,
ਬਦਲ ਕੇ ਸੰਸਾਰ ਨੂੰ ਬਦਲਣਾ, ਦੁਨੀਆਂ ਤੋਂ ਨਫ਼ਰਤ ਨਹੀਂ ਕਰਨੀ, ਦੁਨੀਆਂ ਵਿੱਚ ਰਹਿਣਾ ਪਰ ਇਹਨੂੰ ਸਵਾਰਨਾ। ਗੁਰੂ ਦੀ ਗੁਰਮਤ ਨੇ ਇਸ ਗੱਲ ਦੀ ਪ੍ਰੇਰਨਾ ਦਿੱਤੀ ਹੈ, ਕਹਿਣ ਲੱਗੇ ਮਨੁੱਖ ਇਸ ਦੁਨੀਆ ਤੋਂ ਨਫ਼ਰਤ ਕਰਨ ਲੱਗ ਪਿਆ ਤੇ ਗੁਰੂ ਨੇ ਇੱਕ ਰਸਤਾ ਦਿੱਤਾ, ਕਹਿਣ ਲੱਗੇ ਜਿਹਨੇ ਮੇਦਨੀ ਪੈਦਾ ਕੀਤੀ ਉਹਨੇ ਮਾੜੀ ਨਹੀਂ ਪੈਦਾ ਕੀਤੀ। ਚੱਲ ਅਗਲੇ ਹਫ਼ਤੇ ਆਪਾਂ ਨੂੰ ਸਮਾਪਤ ਕਰੀਏ ਦੂਜਾ ਪੱਖ ਜੋ ਸਵਾਰਨ ਤੋਂ ਬਾਅਦ ਬਣਿਆ। ਇਸ ਮੇਦਨੀ ਕਿੰਨੀ ਖੂਬਸੂਰਤ ਹੋ ਉਹ ਪੱਖ ਵੀ ਵਿਚਾਰ ਲਏ, ਕਿਉਂਕਿ ਮਾਲਕ ਨੇ ਦੁਨੀਆ ਮਾੜੀ ਨੂੰ ਪੈਦਾ ਕੀਤੀ। ਇਹਨੂੰ ਅਸੀਂ ਕਿਵੇਂ ਵਰਤਣਾ ਹੈ, ਕਿਵੇਂ ਇਹਦੇ ਵਿੱਚ ਰਹਿਣਾ ਇਹ ਸਿੱਖਣ ਦੇ ਯੋਗ ਹੈ। ਇਹਨਾਂ ਸ਼ਬਦਾਂ ਨਾਲ ਕਿ ਮੰਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।